ਪ੍ਰੋਜੈਕਟਾਂ ਦਾ ਨਹੀਂ, ਸਾਡੇ ਆਮ ਆਦਮੀ ਪਾਰਟੀ ਦਾ ਅਸੀਂ ਢਾਂਚਾ ਹਜੇ ਬਣਾਇਆ ਹੁਣੇ ਰੀਸੈਂਟਲੀ, ਯੂਥ ਵਿੰਗ, ਐਸ ਸੀ ਵਿੰਗ, ਬੀ ਸੀ ਵਿੰਗ, ਐਕਸ ਸਰਵਿਸਮੈਨ ਵਿੰਗ, ਐਕਸ ਇੰਪਲਾਈ ਵਿੰਗ, ਡਾਕਟਰਸ ਵਿੰਗ, ਟਰਾਂਸਪੋਰਟ ਵਿੰਗ, ਅਸੀਂ ਸਾਰੇ ਅਨਾਊਂਸ ਕੀਤੇ ਆ। ਸਾਡਾ ਢਾਂਚਾ ਬਿਲਕੁਲ ਤਿਆਰ ਹੈ ਅਤੇ ਬਾਕੀ ਮਿਹਨਤ ਜਿਹੜੇ ਕਰਨਗੇ ਆਮ ਆਦਮੀ ਪਾਰਟੀ 'ਚ ਉਹ ਅੱਗੇ ਆਉਣਗੇ। ਪਹਿਲਾਂ ਵੀ ਆਮ ਘਰਾਂ ਦੇ ਦਿੱਤੀਆਂ ਪੁੱਤਾਂ ਨੂੰ ਅਸੀਂ ਟਿਕਟਾਂ ਦਿੱਤੀਆਂ ਅਤੇ ਉਹ ਜਿੱਤੇ ਨੇ, ਅਤੇ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਬੰਦਾ ਮਿਹਨਤ ਕਰੂਗਾ ਆਮ ਆਦਮੀ ਪਾਰਟੀ 'ਚ। ਇਹ ਕੋਈ ਕੋਟਾ ਨਹੀਂ ਹੈਗਾ, ਅਸੀਂ ਕੋਈ ਸੁਖਬੀਰ ਬਾਦਲ ਵਾਂਗੂ ਨਹੀਂ ਵੀ ਰੈਲੀ ਕਰ ਲਓ ਅਤੇ ਸਿੱਧਾ ਹੀ ਅਨਾਊਂਸ ਕਰ ਦਿਉ। ਕੱਲ੍ਹ ਉਹਨੇ ਆਪਦੇ ਆਪ ਨੂੰ ਹੀ ਸੀਐਮ ਅਨਾਊਂਸ ਕਰ ਲਿਆ। ਅਕਾਲੀ ਦਲ ਦੀ ਹਾਲਤ ਦੇਖ ਲਓ ਕਿ ਕੋਈ ਪ੍ਰਸਤਾਵ ਕਰਨ ਵਾਲਾ ਬੰਦਾ ਵੀ ਹੈ ਨਹੀਂ, ਬਚਿਆ ਨਹੀਂ। ਜੇ ਖੁਸ਼ਬੀਰ ਦਾ ਨਾਂ ਹੀ ਲੈ ਦੇ ਵੀ ਮੈਂ ਇਹਨੂੰ ਪ੍ਰਸਤਾਵ ਕਰਦਾ, ਕੋਈ ਤਾਈਦ ਕਰ ਦੇ, ਆਪਦੇ ਆਪ ਨੂੰ ਹੀ ਅਨਾਊਂਸ ਕਰ ਲਿਆ। ਸੋ ਇੱਥੋਂ ਉਹਨਾਂ ਦੀ ਹਾਲਤ ਪਤਾ ਲੱਗ ਸਕਦੀ। ਸੋ ਆਮ ਆਦਮੀ ਪਾਰਟੀ ਲੋਕਤੰਤਰਿਕ ਪਾਰਟੀ ਹੈ, ਸਾਡੀ ਪੀ ਐੱਸ ਸੀ ਬੈਠੂਗੀ, ਸਾਡੇ ਸਰਵੇ ਹੋਣਗੇ ਅਤੇ ਥੱਲੋਂ ਵਲੰਟੀਅਰਾਂ ਨੂੰ ਪੁੱਛ ਕੇ ਅਸੀਂ ਜਿਹੜੇ ਐੱਮ ਐੱਲ ਏ ਦੇ ਕੈਂਡੀਡੇਟ ਨੇ, ਬਿਲਕੁਲ ਜੀ ਮੌਕਾ ਮਿਲੂਗਾ। ਤੁਸੀਂ ਬੰਦਾ ਚਿਹਰਾ ਜਿਹੜੇ ਬੰਦਿਆਂ ਨੇ ਕੰਮ ਕੀਤਾ ਉਹ ਅੱਗੇ ਆਉਣਗੇ। ਉਹਦੇ ਵਿੱਚ ਵੀ ਵਲੰਟੀਅਰਾਂ ਨੂੰ ਪੁੱਛ ਕੇ, ਲੋਕਾਂ ਨੂੰ ਪੁੱਛ ਕੇ, ਸਰਵੇ ਕਰਾ ਕੇ, ਪਾਰਟੀ ਦੀ ਪੀ ਐੱਸ ਸੀ ਬੈਠੂਗੀ, ਲੋਕਤੰਤਰਿਕ ਤਰੀਕਾ ਹੈ, ਉਹਦੇ 'ਚ ਡਿਸਾਈਡ ਕਰਾਂਗੇ। ਪੰਜਾਬ ਦੇ ਇਹ ਚਰਚਾ ਮੀਡੀਆ 'ਚ ਜ਼ਿਆਦਾ ਚਰਚਾ ਸਾਡੇ ਨਾਲ, ਨਾ ਤਾਂ ਦਿੱਲੀ ਵਾਲੇ ਲੈਵਲ 'ਤੇ ਨਾ ਹੀ ਪੰਜਾਬ ਵਾਲੇ ਲੈਵਲ 'ਤੇ ਹਜੇ ਤੱਕ ਉਹਨਾਂ ਨਾਲ ਗੱਲ ਨਹੀਂ ਹੋਈ, ਪਰ ਅਸੀਂ ਵੈਲਕਮ ਕਰਾਂਗੇ ਉਹਨਾਂ ਦਾ ਜੇ ਆਉਣਾ ਚਾਹੁੰਦੇ। ਪਰ ਖਹਿਰਾ ਸਾਹਿਬ ਇਹ ਕਹਿੰਦੇ ਨੇ ਜੀ, ਉਹ ਕਹਿੰਦੇ ਜਦੋਂ ਤੱਕ ਭਗਵੰਤ ਮਾਨ ਆਮ ਆਦਮੀ ਪਾਰਟੀ 'ਚ ਉਦੋਂ ਤੱਕ ਚੰਗਾ ਲੀਡਰ ਆਮ ਆਦਮੀ ਪਾਰਟੀ 'ਚ ਨਹੀਂ ਜਾ ਸਕਦਾ, ਵੀ ਸਿੱਧੂ ਦੀ ਵੀ ਹੋ ਸਕਦਾ। ਜਦੋਂ ਐਲ ਓ ਪੀ ਬਣੇ ਸੀ ਉਦੋਂ ਭਗਵੰਤ ਮਾਨ ਪਾਰਟੀ 'ਚ ਸੀ, ਉਹਨੂੰ ਐਲ ਓ ਪੀ ਬਣਾਇਆ ਸੀਗਾ, ਆਪਣੀਆਂ ਕਰਤੂਤਾਂ ਕਰਕੇ ਨਿਕਲੇ ਨੇ ਉਹ ਮੇਰੇ ਘਰ ਕੇ ਤੋੜੀ ਦੇ। ਜੇ ਪਾਰਟੀ ਨੂੰ ਤੋੜਨ ਦੀਆਂ ਕੋਈ ਗੱਲਾਂ ਕਰਨਗੇ, ਸੋ ਅਸੀਂ ਤਾਂ ਵੈਲਕਮ ਕਰਾਂਗੇ। ਤੁਸੀਂ ਵੈਸੇ ਸਿੱਧੂ ਸਾਹਿਬ ਦਾ ਵੈਲਕਮ ਕਰਦੇ ਆ? ਮੈਂ ਕਹਿੰਦਾ ਜੀ ਅਸੀਂ ਤਾਂ 3.25 ਕਰੋੜ ਪੰਜਾਬੀਆਂ ਨੂੰ ਜੋੜਨਾ। ਮੁੱਖ ਮੰਤਰੀ ਦਾ ਚਿਹਰਾ ਹੁੰਦਾ, ਚਿਹਰਾ ਹੋ ਸਕਦੇ ਨੇ ਜੀ? ਜਦੋਂ ਆਏ ਹੀ ਨਹੀਂ ਹਜੇ ਭਾਈ, ਕਿਵੇਂ ਹੋ ਸਕਦੇ ਜੀ ਆਉਂਦੇ ਤੁਹਾਡੀ ਪਾਰਟੀ ਤੋਂ? ਮੈਂ ਕਹਿੰਦਾ ਜੀ ਆਉਣ ਵੈਲਕਮ, ਜਿਵੇਂ ਵੀ ਪਾਰਟੀ ਫੈਸਲਾ ਕਰੂਗੀ ਅਸੀਂ ਤਾਂ ਨਾਲ, ਅਸੀਂ ਤਾਂ ਸਿਪਾਹੀ ਹਾਂ। ਮੈਨੂੰ ਤਾਂ ਜਦੋਂ ਵੀ ਮੈਂ ਤਾਂ ਜਦੋਂ ਪਾਰਟੀ ਦਾ ਜਦੋਂ ਮੈਂ ਸਭ ਤੋਂ ਵੱਧ ਵੋਟਾਂ 'ਤੇ ਮੈਂ ਜਿੱਤਿਆ ਸੀ ਤਾਂ ਉਦੋਂ ਪਾਰਟੀ ਦੇ ਪ੍ਰਧਾਨ ਅਸੀਂ ਛੋਟੇਪੁਰ ਸਾਹਿਬ ਨੂੰ ਬਣਾਇਆ ਸੀਗਾ। ਲੋਕ ਸਭਾ ਦੇ ਵਿੱਚ ਸਾਡੇ ਲੀਡਰ ਗਾਂਧੀ ਜੀ ਬਣਾਏ ਸੀਗੇ ਅਸੀਂ, ਅਤੇ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ 2017 'ਚ ਜਲਾਲਾਬਾਦ ਤੋਂ, ਉਹ ਸਾਡੀ ਪਾਰਟੀ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਸੀ। ਸੋ ਮੈਂ ਤਾਂ ਪ੍ਰਧਾਨ ਉਸ ਵੇਲੇ ਬਣਿਆ ਜਦੋਂ ਸਾਰੇ ਜਿਹੜੇ ਆਏ ਸੀਗੇ ਡੈਪੂਟੇਸ਼ਨ 'ਤੇ ਇਨਕਲਾਬੀ, ਇਹ ਚਲੇ ਗਏ ਸੀਗੇ। ਥੋੜੀਆਂ ਪਾਰਟੀਆਂ ਖਿੰਡਰ ਚੁੱਕੀਆਂ, ਕਾਂਗਰਸ ਨੂੰ ਇਹ ਹੈ ਕਿ ਅਸੀਂ ਇਸ ਵਾਰ ਸ਼ੋਰ ਫਿਰ ਦੁਬਾਰਾ ਆ ਜਾਈਏ। ਦੇਖੋ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੂੰ ਇਹ ਖੁਸ਼ ਫਹਿਮੀ ਹੈ, ਗਲਤ ਫਹਿਮੀ ਨਹੀਂ, ਖੁਸ਼ ਫਹਿਮੀ ਹੈ। ਕੈਪਟਨ ਸਾਹਿਬ ਦੇ ਮੈਂ ਗੇੜੇ ਗਣਾ ਦਿੰਦਾ ਤੁਹਾਨੂੰ। ਪੰਜਾਬ ਦੇ ਪਿਛਲੇ 4-4.5 ਸਾਲਾਂ 'ਚ ਇੱਕ ਵਾਰੀ ਉਹ ਮਾਨਸਾ ਗਏ ਸੀਗੇ ਜਦੋਂ ਭੋਗ 'ਤੇ ਪਟਿਆਲੇ ਗਏ ਸੀਗੇ, ਇੱਕ ਵਾਰੀ ਉਹ ਹੈਲੀਕਾਪਟਰ 'ਤੇ ਜਾਂਦੇ ਜਾਂਦੇ ਤੁਹਾਡੀਆਂ ਉਹ ਦੇਖ ਗਏ ਸੀਗੇ ਖੱਡਾਂ, ਉਹ ਉੱਪਰੋਂ ਹੈਲੀਕਾਪਟਰ 'ਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿਹੜਾ ਟਰੱਕ ਲੀਗਲ ਹੈ ਕਿਹੜਾ ਇਲੀਗਲ ਹੈ। ਅਤੇ ਉਦੋਂ ਗਏ ਸੀਗੇ ਉਹ ਜਦੋਂ ਮਾਝੇ 'ਚ ਸ਼ਰਾਬ ਪੀਣਾ 150 ਬੰਦਾ ਮਰ ਗਿਆ ਸੀ ਉਹਨਾਂ ਦੇ, ਆਪਦੇ ਐੱਮ ਐੱਲ ਏ ਦੀਆਂ ਨਕਲੀ ਸ਼ਰਾਬਾਂ ਵੇਚਦੇ ਜਿਹੜੇ, ਇੱਕ ਵਾਰੀ ਉਹ ਸੁਲਤਾਨਪੁਰ ਲੋਧੀ ਜਦੋਂ ਕਰਤਾਰਪੁਰ ਸਾਹਿਬ ਵਾਲਾ ਵਾਂਗਾ ਖੁੱਲਿਆ ਉਦੋਂ ਗਏ ਸੀ। 4 ਹੋ ਗਏ ਜੀ, ਪੰਜਵਾਂ ਗੇੜਾ ਦੱਸ ਦਿਓ ਤੁਸੀਂ ਮੈਨੂੰ, ਪੰਜਵਾਂ ਗੇੜਾ ਦੱਸ ਦਿਓ ਪੰਜਾਬ ਦਾ ਮੁੱਖ ਮੰਤਰੀ ਦਾ। 5 ਸਾਲਾਂ 'ਚ 5 ਗੇੜੇ ਨਹੀਂ ਵੱਜੇ ਪੰਜਾਬ 'ਚ, ਜੋ ਤੁਸੀਂ ਉਹ ਹਿਮਾਚਲ ਰੋਜ਼ ਤੁਰੇ ਰਹਿੰਦੇ, ਮੈਦਾਨੀ ਇਲਾਕੇ 'ਚ ਤਾਂ ਆਉਂਦੀ ਨਹੀਂ, ਉਹ ਪਹਾੜੀ ਰਾਜੇ ਆਪਾਂ ਸੁਣਦੇ ਹੁੰਦੇ ਸੀ, ਆਹ ਪਹਾੜੀ ਰਾਜਾ ਜਿਹੜਾ ਹੋਣਾ। ਪਰ ਸਰ ਪੰਜਵਾਂ ਗੇੜੇ ਦੀ ਜ਼ਰੂਰਤ ਨਹੀਂ, ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਲੈ ਆਂਦਾ, ਉਹਨਾਂ ਨੂੰ ਹੁਣ ਜ਼ਰੂਰਤ ਨਹੀਂ, ਉਹਨਾਂ ਨੇ ਪਹਿਲਾਂ ਹੀ ਝੂਠੇ ਲਾਰੇ ਲਾ ਕੇ ਜਿਸ ਤਰ੍ਹਾਂ ਜਿੱਤਿਆ, ਹੁਣ ਵੀ ਉਹ ਕੋਈ ਨਾ ਕੋਈ। ਹੁਣ ਇਹਦਾ ਮੈਂ ਜਵਾਬ ਕੀ ਦੇਵਾਂ, ਤੁਸੀਂ ਆਪ ਹੀ ਕਹਿੰਦਾ ਝੂਠੇ ਲਾਰੇ ਲਾ ਕੇ ਜਿੱਤਿਆ। ਨਹੀਂ ਪਰ ਤੁਹਾਡੇ ਕੋਲ ਜੇ ਤੁਸੀਂ ਹਾਰ ਗਏ, ਮੈਂ ਤਾਂ ਕਹਿੰਦਾ ਅਸੀਂ ਝੂਠੇ ਲਾਰੇ ਲਾਉਂਦੇ, ਅਸੀਂ ਸੱਚ ਕਹਿੰਦੇ ਹਾਂ। ਦਿੱਲੀ ਦੇ ਵਿੱਚ ਵੀ ਜੋ ਅਸੀਂ ਕਿਹਾ ਉਹ ਤੋਂ ਵੱਧ ਕੀਤਾ, ਅਸੀਂ ਜੋ ਉਹੀ ਲਿਖਾਂਗੇ ਜੋ ਕਰ ਸਕਦੇ ਹਾਂ, ਮਾਨ ਸਾਹਿਬ ਅਸੀਂ ਉਹ ਨਹੀਂ ਲਿਖਦੇ ਜੋ ਨਹੀਂ ਕਰ ਸਕਦੇ। ਮਾਨ ਸਾਹਿਬ ਕਾਂਗਰਸ ਦੀ ਲੀਡਰ ਦਾਅਵੇ ਕਰ ਰਹੇ 85% ਵਾਅਦੇ ਪੂਰੇ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ, ਪ੍ਰਚਾਰ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ? 4 ਲੋਕ ਦੱਸ ਦੇਣਗੇ ਜੀ 2022